ਤੂੜੀਆਂ ਬਣਾਉਣ ਲੱਗ ਗਏ ਜੀ ਆਪਾਂ ਕਣਕਾਂ ਵੱਢ ਲਈਆਂ, ਪੂਰਾ ਜ਼ੋਰ ਪੈ ਰਿਹਾ ਤੂੜੀਆਂ ਦਾ, ਠੀਕ ਹੈ ਜੀ। ਹਰੇਕ ਬੰਦਾ ਜੀ ਇਹ ਵੀਡੀਓ ਨੂੰ ਧਿਆਨ ਨਾਲ ਦੇਖ ਲਿਆ, ਜਿਨ੍ਹਾਂ ਨੇ ਤੂੜੀ ਬਣਵਾਉਣੀ ਹੈ ਹਲੇ, ਜਿਨ੍ਹਾਂ ਨੇ ਮੁੱਲ ਲੈਣੀ ਉਹ ਵੀ ਬੰਦਾ ਧਿਆਨ ਨਾਲ ਦੇਖ ਲਏ, ਠੀਕ ਹੈ ਜੀ। ਤੁਸੀਂ ਆਹ ਵੀਡੀਓ ਦੇਖ ਲਿਓ, ਤੁਹਾਨੂੰ ਇੱਕ ਟਰਾਲੀ ਦਾ ਫਾਇਦਾ ਹੋ ਜੂਗਾ ਇੱਕ ਕਿੱਲੇ ਦੇ ਵਿੱਚੋਂ, ਇੱਕ ਟਰਾਲੀ ਦਾ, ਇੱਕ ਟਰਾਲੀ, ਹਾਂ ਇੱਕ ਟਰਾਲੀ ਵੱਧ ਨਿਕਲੂਗੀ ਇੱਕ ਕਿੱਲੇ ਦੇ ਵਿੱਚੋਂ ਜੇ ਤੁਸੀਂ ਆਹ ਵੀਡੀਓ ਪੂਰੀ ਦੇਖ। ਜੇ ਦੋ ਹੁੰਦੀਆਂ ਨੇ ਤਿੰਨ ਹੋ ਜਾਣਗੀਆਂ, ਹਾਂ ਤਿੰਨ ਹੋ ਜਾਣਗੀਆਂ ਜੇ ਦੋ ਟਰਾਲੀਆਂ ਨਿਕਲਦੀਆਂ ਨੇ, ਤਿੰਨ ਨਹੀਂ ਤਾਂ ਢਾਈ ਤਾਂ ਪੱਕੀਆਂ ਨੇ, ਠੀਕ ਹੈ। ਹਾਂ ਸਿਰਫ ਤੁਸੀਂ 15 ਮਿੰਟ ਆਪਦੇ ਕਿੱਲੇ ਤੇ ਲਾਉਣੇ ਨੇ, ਜਿਹੜਾ ਵਾਹਨ ਆਪਾਂ ਵੀ ਕਣਕ ਵਢਾ ਲਈ ਉਹ ਤੇ ਲਾਉਣਾ 15 ਮਿੰਟ ਦਾ। ਹਾਂ ਇੱਕ ਬੰਦਾ ਜੀ 15 ਮਿੰਟ ਤੁਸੀਂ ਆਪਦੇ ਖੇਤ ਨੂੰ ਦੇ ਦਿਓ, 15 ਮਿੰਟ ਤੁਹਾਨੂੰ ਪੌਣੀ ਟਰਾਲੀ ਦਾ ਫਾਇਦਾ ਤਾਂ ਹੋ ਹੀ ਜਾਊਗਾ, ਇਹ ਮੈਥੋਂ ਲਿਖ ਕੇ ਲੈ ਲਓ, ਠੀਕ ਹੈ। ਸਿਰਫ 15 ਮਿੰਟ ਤੁਸੀਂ ਕੀ ਕਰਨਾ, ਇੱਕ ਤੰਗਲੀ ਲੈਣੀ ਹੈ, ਠੀਕ ਹੈ, ਇੱਕ ਤੁਹਾਡੇ ਕੋਲੇ ਹੋਣੀ ਚਾਹੀਦੀ ਹੈ ਦਾਤੀ, ਦਾਤੀ ਲੈ ਵੀ ਘਰ ਸਟਾਰਟ ਆਪਾਂ ਆਪਣੇ ਆਹ ਵਾਹਨ ਦੇ ਉੱਤੇ ਜੀ ਤੂੜੀ ਕਰਾਉਣੀ ਹੈ, ਮਸ਼ੀਨ ਆਉਣੀ ਹੈ ਆਪਣੇ 1 ਘੰਟੇ ਨੂੰ, ਤੇ ਆਪਾਂ ਤੂੜੀ ਤੁਹਾਨੂੰ ਦਿਖਾਵਾਂਗੇ ਵੀ ਲੈਬ ਦਿਖਾਵਾਂਗੇ ਜਮਾ, ਠੀਕ ਹੈ। ਇੱਕ ਤਾਂ ਜੀ ਆਹ ਖੂੰਜਿਆਂ ਦੇ ਵਿੱਚੋਂ ਤੁਸੀਂ ਜਿੰਨਾ ਸਾਕੜ ਹੈ ਵੱਢ ਵੱਢ ਕੇ ਅੰਦਰਲੀ ਸਾਈਡ ਸੁੱਟਣੇ, ਹਾਂ ਖੂੰਜਿਆਂ 'ਚ ਮਸ਼ੀਨ ਨਹੀਂ ਨੇੜੇ ਲੱਗਦੀ, ਖੂੰਜਿਆਂ ਦੇ ਵਿੱਚ ਮਸ਼ੀਨ ਨਹੀਂ ਨੇੜੇ ਲੱਗਦੀ, ਤੇ ਇਹ ਸਾਕੜ ਤੁਸੀਂ ਆਮ ਬਾਨਾਂ ਦੇ ਵਿੱਚ ਦੇਖੋਗੇ ਰਹਿ ਜਾਂਦਾ, ਰਹਿ ਜਾਂਦਾ, ਰਹੀ ਰਹਿ ਜਾਂਦਾ, ਲੈ ਵੀ ਚੰਗੀ ਤਰ੍ਹਾਂ ਖੂੰਜਾ ਸਾਫ ਕਰ ਦੇ। ਦੂਜੀ ਜਿਹੜੀ ਕੰਡੀਸ਼ਨ ਹੈ ਜੀ, ਸਭ ਤੋਂ ਵੱਡੀ ਜਿਹੜੀ ਕੰਡੀਸ਼ਨ ਹੈ, ਉਹ ਤਾਂ ਆਪਾਂ ਕਰਦੀ ਨਹੀਂ ਹੈਗੇ, ਸਿਰਫ ਜੇ ਤੁਸੀਂ ਸਾਫ ਕਰਨੇ ਨੇ, ਜੇ ਤੁਸੀਂ ਯਾਰ ਆਹ ਖੂੰਜੇ ਦਾਤੀ ਨਾਲ ਵੀ ਸਾਫ ਨਹੀਂ ਕਰਨੇ, ਇੱਕ ਤੰਗਲੀ ਲੈ ਕੇ ਆ ਜਾਓ ਖੇਤ, ਇਹਦੇ ਨਾਲ ਤੁਸੀਂ 5 ਮਿੰਟ ਗੇੜਾ ਦੇ ਦਿਓ, ਤਾਂ ਵੀ ਤੁਹਾਡੀ ਅੱਧੀ ਟਰਾਲੀ ਦਾ ਫਾਇਦਾ ਹੋ ਜਾਊਗਾ। ਨਹੀਂ ਪਰ ਜੇ ਦਾਤੀ ਨਾਲ ਵੱਢੇ ਜਾਣ ਹੇਠ ਉਹ ਤਾਂ ਜ਼ਿਆਦਾ ਵਧੀਆ, ਦਾਤੀ ਨਾਲ ਵੱਢੇ ਜਾਣ ਤਾਂ ਜ਼ਿਆਦਾ ਵਧੀਆ, ਕਿਉਂਕਿ ਇਹਦੇ ਨਾਲ ਵੱਧ ਫਾਇਦਾ ਹੋ ਜੂਗਾ, 4 ਪੰਡਾਂ ਹੋਰ ਖੂੰਜਿਆਂ ਚੋਂ ਹੀ ਭਰ ਜਾਣਗੀਆਂ 4 ਪੰਡਾਂ ਤਾਂ। ਸ਼ਰਮਾ ਜੀ ਚੰਗੀ ਤਰ੍ਹਾਂ ਕਰੋ ਸਾਫ ਖੂੰਜੇ ਨੂੰ, ਹਾਂਜੀ ਇਹਦਾ ਕਰਾਵਾਂਗੇ, ਨੇੜੇ ਨਹੀਂ ਲੱਗਦੀ, ਇਹ ਤਾਂ ਆਪਾਂ ਸਾਰਾ ਕਰਾਵਾਂਗੇ, ਘੱਟੋ ਘੱਟ ਇੰਨਾ ਖੂੰਜਾ ਸਾਫ ਕਰਨਾ ਇਹ ਇੰਨਾ। ਬਾਕੀ ਇੱਕ ਮਿੰਟ ਮੈਂ ਸ਼ਰਮੇ ਜੀ, ਸ਼ਰਮਾ ਜੀ ਤੁਸੀਂ ਮਸ਼ੀਨ ਤੇ ਲਾਈ ਹੈ ਤੂੜੀ ਵਾਲੀ, ਹਾਂਜੀ ਕਿੰਨਾ ਕੁ ਜ਼ਿਆਦਾ ਮੰਨ ਕੇ ਚੱਲ ਜਦੋਂ ਤੁਸੀਂ ਤੂੜੀ ਕਰਦੇ ਸੀਗੇ ਜਿਹੜੇ ਖੂੰਜੇ ਨੇ ਇਹਨਾਂ 'ਚ ਕਿਵੇਂ ਰਹਿ ਜਾਂਦੀ ਹੈ ਕਰਨ ਕਰਨ? ਬਾਈ ਕੰਮ ਮਸ਼ੀਨ ਲੱਗਦੀ ਨਹੀਂ ਹੈਗੀ, ਆਪਾਂ ਨੂੰ ਪਹਿਲੀ ਮੋੜਨੀ ਪੈਂਦੀ ਹੈ, ਇੱਥੋਂ ਇੰਨਾ ਏਰੀਆ ਰਹਿ ਜਾਂਦਾ ਇਹ, ਘੱਟੋ ਘੱਟ 8-10 ਪੰਡਾਂ ਦਾ ਖੂੰਜਿਆ ਜੀ ਲਿਖੜਿਆਂ ਦੀਆਂ ਨੇ ਚਾਰ, ਹਾਂ ਲੱਗਦੀ ਨਹੀਂ ਬਾਈ ਮਸ਼ੀਨ ਉਰੇ, ਮਸ਼ੀਨ ਨਹੀਂ ਲੱਗਦੀ ਹੈਗੀ ਉਰੇ। ਤੇ ਗੱਲ ਇਹ ਹੈ ਬਾਈ, ਸਭ ਤੋਂ ਵੱਡੀ ਜਿਹੜੀ ਮੇਨ ਪ੍ਰੋਬਲਮ ਹੈ, ਚੱਲ ਦਾਤੀ ਤਾਂ ਖਾਧੀ ਖੜੀ, ਇਹ ਤਾਂ ਕਈ ਬੰਦੇ ਕਹਿੰਦੇ ਨੇ ਯਾਰ ਟਾਈਮ ਨਹੀਂ ਹੁੰਦਾ, ਠੀਕ ਹੈ ਵੀ 4 ਪੰਡਾਂ ਪਿੱਛੇ ਕਿੱਧਰ ਮੱਥਾ ਮਾਰਾਂਗੇ, ਗਰੀਬ ਬੰਦੇ ਤੇ ਜਿਹੜੇ ਖਰੀਦਦੇ ਨੇ ਉਹਨਾਂ ਨੂੰ ਪਤਾ ਹੁੰਦਾ, ਤੇ ਵੀਡੀਓ ਸਾਰੇ ਜਣੇ ਸ਼ੇਅਰ ਕਰ ਦਿਓ। ਲਾਸਟ ਗੱਲ ਜਿਹੜੀ ਮੈਂ ਦੱਸਣੀ ਹੈ ਤੁਹਾਨੂੰ, ਆਹ ਆ ਗਈ ਜੀ ਆਪਣੀ ਵੱਟ, ਠੀਕ ਹੈ, ਵੱਟ ਦੇ ਉੱਤੇ ਜਿਹੜਾ ਤੁਸੀਂ ਤੁਰ ਤੱਕ ਨਿਗਾਹ ਮਾਰੋ ਜੀ, ਇਕੱਲੀ ਇਹ ਵੱਟ ਨਹੀਂ ਹੈਗੀ, ਪਰਲੀ ਵੱਟ ਦਿਖਾਇਆ ਬਾਈ, ਉਹ ਤੇ ਵੀ ਨਿਗਾਹ ਮਾਰ ਲੈ, ਆਹ ਕਿਸੇ ਦੀ ਹੋਰ ਹੈ ਬਾਈ, ਇਹ ਤੇ ਵੀ ਨਿਗਾਹ ਮਾਰ ਲੈ, ਵੱਟਾਂ ਦੇ ਉੱਤੇ ਸਾਕੜ ਚੜਿਆ ਪਿਆ, ਇਹ ਤੇ ਮਸ਼ੀਨ ਤਾਂ ਚੜਦੀ ਕੋਈ ਨਹੀਂ ਚੜਦੀ, ਇਹ ਤੁਸੀਂ ਕਰਨਾ ਕੀ ਹੈ ਜੀ, ਤੰਗਲੀ ਨਾਲ ਇਹ ਸਾਕੜ ਘੱਟੋ ਘੱਟ ਇੰਨੀ ਦੂਰ ਰੱਖਣਾ, ਠੀਕ ਹੈ, ਜਿੱਥੇ ਮਸ਼ੀਨ ਦਾ ਫੋ ਪੈ ਜੇ, ਜਿੱਥੇ ਮਸ਼ੀਨ ਦਾ ਫੋ ਪੈ ਜੇ, ਆਹ ਦੇਖੋ ਜੀ, ਠੀਕ ਹੈ, ਲੈ ਕਰੋ ਜੀ ਇਹਨੂੰ ਚੰਗੀ ਤਰ੍ਹਾਂ, ਵੱਟਾਂ ਦੇ ਲਵੋ ਲਵੋ ਜਿੰਨਾ ਸਾਕੜ ਹੈ ਜੀ ਸਾਰਾ ਖਿੱਚ ਲੈਣਾ ਇਸ ਤਰ੍ਹਾਂ, ਤਾਂ ਕਿ ਜਿਹੜਾ ਆਪਣੀ ਮਸ਼ੀਨ ਤੂੜੀ ਆ ਜਿਹੜੀ ਵੱਧ ਬਣ ਜੇ ਜੀ, ਉਹ ਆ ਸਾਰਾ ਸਾਕੜ ਤੁਸੀਂ ਦੇਖ ਲਓ, ਨਹੀਂ ਇਹ ਸਾਰਾ ਐਂ ਰਹੂਗਾ ਜੀ ਵੇਸਟ, ਤੇ ਸਾਕੜ ਲਾ ਕੇ ਜੀ ਜਮਾ ਨਾਲ ਨਾ ਰੱਖਿਓ। ਹਾਂ ਇੱਕ ਸਭ ਤੋਂ ਵੱਡੀ ਪ੍ਰੋਬਲਮ ਕੀ ਆਉਂਦੀ ਹੈ ਜੀ, ਵਾਢੀ ਵੇਲੇ ਤੁਸੀਂ ਸਭ ਤੋਂ ਜ਼ਿਆਦਾ ਧਿਆਨ ਰੱਖਣਾ ਜੀ। ਅੱਛਾ, ਜਦੋਂ ਤੁਹਾਡੀ ਵਾਢੀ ਕਰਨ ਵੇਲੇ ਡਰਾਈਵਰ ਨੇ ਪੁੱਠੇ ਗੇੜੇ ਨਾਲ ਕਣਕ ਵੱਢਤੀ, ਫਿਰ ਤੁਹਾਡੀ ਤੂੜੀ ਆਟੋਮੈਟਿਕ ਘੱਟ ਬਣੂਗੀ, ਠੀਕ ਹੈ। ਜਿਵੇਂ ਵੱਟਾਂ ਇਸ ਲੋਟ ਨੇ, ਉਹ ਤੋਂ ਜੇ ਤੁਸੀਂ ਪੁੱਠੇ ਲੋਟ ਵੜਾਓਗੇ, ਉਹ ਆਪਦਾ ਫਾਇਦਾ ਦੇਖ ਜਾਂਦੇ ਨੇ, ਵੱਟਾਂ ਦੇ ਵਿੱਚ ਕਣਕ ਆਹ ਮਸ਼ੀਨ ਵੱਜੂਗੀ, ਆਪਦਾ ਫਾਇਦਾ ਦੇਖ ਕੇ ਉਹ ਦੂਜੇ ਲੋਟ ਪੁੱਠੇ ਲੋਟ ਵੜ ਦਿੰਦੇ ਨੇ, ਉਹ ਜੇ ਤੂੜੀ ਤੁਹਾਡੀ ਘੱਟ ਬਣੂਗੀ, ਸਿੱਧੇ ਗੇੜੇ ਨਾਲ ਤੁਸੀਂ ਕਣਕ ਵੜਾਓ, ਕਿਸੇ ਨੇ ਬਣਾਉਣੀ ਹੈ, ਠੀਕ ਹੈ। ਹਾਂਜੀ, ਹੁਣ ਤਾਂ ਲਗਭਗ ਜੀ ਕਣਕਾਂ ਵੈਸੇ ਵੱਢਣ ਸ਼ੁਰੂ ਹੋ ਗਈਆਂ, ਕੁਝ ਵੜਵਾ ਵੀ, ਹਾਂ ਚੱਲ ਰਿਹਾ ਜੀ ਪੂਰਾ ਜ਼ੋਰ ਦੇ, ਆਹ ਹੱਲ ਜ਼ਰੂਰ ਕਰ ਲਓ, ਪਰ ਆਹ ਜ਼ਰੂਰ ਕਰ ਲਓ ਜੀ, ਆਹ ਦੇਖੋ ਕਣਕਾਂ ਦਾ ਤਾਂ ਚਲੋ ਜਿਹੜਾ ਹੋਊਗਾ, ਇਹਦੇ ਨਾਲ ਤੁਹਾਡਾ ਕਣਕ ਦਾ ਵੀ ਫਾਇਦਾ ਹੋ ਜਾਊਗਾ ਜੀ, ਜਿਹੜੀ ਥੱਲੇ ਬਚੀ ਹੋਈ ਕਣਕ ਹੁੰਦੀ ਆ ਉਹ ਵੀ ਬਾਹਰ ਆ ਜਾਊਗੀ, ਵੱਟਾਂ ਕੋਲੇ ਮੇਨ, ਠੀਕ ਹੈ ਜੀ। ਤੇ ਆ ਖੁੰਜਾ ਵੀ ਇਧਰਲੇ ਪਾਸੋਂ ਦੇਖੋ, ਇਸ ਤਰੀਕੇ ਨਾਲ ਕਰਨਾ ਜੀ ਸਾਫ, ਕਿਤੇ ਤੁਸੀਂ ਮਾੜੀ ਮਾੜੀ ਕਣਕ ਜੀ ਵੱਢ ਕੇ ਕਹਿ ਦਿਓ ਸਾਡੀ ਤਾਂ ਟਰਾਲੀ ਵਧੀ ਨਹੀਂ, ਮਾੜਾ ਮੋਟਾ ਹੱਥ ਵੀ ਹਿਲਾ ਲਿਆ ਕਰੋ, ਇਕੱਲੇ ਵੀਡੀਓ ਦੇ ਸਿਰ 'ਤੇ ਨਾ ਰਿਹਾ ਕਰੋ, ਐਂ ਨਾ ਸੋਚਿਆ ਕਰੋ ਵੀ ਵੀਡੀਓ ਦੇਖ ਲਈ ਤੂੜੀ ਵੱਧ ਜੂਗੀ, ਜਿਹੜੀ ਚੀਜ਼ ਦੱਸੀ ਹੈ ਵਿੱਚ ਉਹ ਹਾਲੇ ਤਾਂ ਸਾਰੇ ਦੇਸੀ ਫਾਰਮੂਲੇ ਨੇ, ਇਹ ਤਾਂ ਆਪਣੇ ਬਜ਼ੁਰਗ ਪਹਿਲਾਂ ਕਰਦੇ ਹੁੰਦੇ ਸੀ, ਹੁਣ ਆਪਾਂ ਛੱਡ ਕੇ ਵੀ ਕੌਣ ਮੱਥਾ ਮਾਰੂਗਾ ਯਾਰ, ਜਮੀ ਯਾਰ ਲੋਕ ਆਲਸੀ ਹੋ ਰਹੇ ਨੇ, ਹੱਥ ਹੀ ਨਹੀਂ ਲਾਉਂਦੇ, ਦੋ ਦੋ ਚਾਰ ਚਾਰ ਪੰਡਾਂ ਨਾਲ ਹੀ ਵੱਧਦੀ ਹੈ, ਬਣਦੀ ਹੈ ਟਰਾਲੀ। ਹਾਂ ਮੈਂ ਕਹਿੰਦਾ ਵੀ ਕਣੀ ਕਣੀ ਨਾਲ ਕਹਿੰਦੇ ਟੋਪਾ ਭਰ ਜਾਂਦਾ, ਉਹ ਕੰਮ ਹੈ, ਤੇ ਠੀਕ ਹੈ ਜੀ ਵੀਡੀਓ ਸ਼ੇਅਰ ਕਰ ਦਿਓ, ਤੇ ਇੰਨਾ ਕੁ ਕੰਮ ਜ਼ਰੂਰ ਕਰ ਲਿਓ, ਨਾਲੇ ਤੂੜੀ ਸਸਤੀ ਹੋ ਜੂਗੀ, ਨਾਲੇ ਆਪਾਂ ਨੂੰ ਫਾਇਦਾ ਹੋ ਜੂ, ਤੇ ਉਹ ਕਰਕੇ ਆਓ ਜੀ, ਸਾਰੀ ਸਾਰਾ ਕਰਾਂਗੇ ਬਾਈ ਆਪਾਂ, ਆਲੇ ਨਾਲੇ ਗੇੜਾ ਦੇ ਕੇ, ਆਲੇ ਨਾਲੇ ਦਾਤੀ ਨਾਲੇ, ਇੱਕ ਇੱਕ ਖੁੱਡਾ ਆਲੇ ਨਾਲੇ ਵੱਢਾਂਗੇ ਵੀ ਸਾਰੇ ਕਿੱਲੇ ਦੇ, ਵੀਡੀਓ ਦਾ ਐਂਡ ਕਰਦੇ ਆ ਤੇ ਅਸੀਂ ਆਪਦਾ ਕੰਮ ਕਰਦੇ ਆ ਸਾਰਾ। ਹਾਂਜੀ।